ਗੁੱਡ ਮਾਰਨਿੰਗ, ਮੈਂ ਹਾਂ ਹਰਮਨਦੀਪ ਕੌਰ। ਤੁਸੀਂ ਦੇਖ ਰਹੇ ਹੋ ਫਾਈਨਲ ਸਟੈਪ ਨਿਊਜ਼। ਬੱਚੀ ਦਿਲ ਰੋਜ਼ ਕੌਰ ਦਾ ਕਤਲ ਕਰਨ ਵਾਲੀ ਔਰਤ ਨੇ ਕਬੂਲਿਆ ਜੁਰਮ। ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਵਿੱਚ ਵਾਪਰੀ ਘਟਨਾ, ਜਿੱਥੇ ਬੱਚੀ ਦਿਲ ਰੋਜ਼ ਕੌਰ ਦਾ ਗਵਾਂਢਣ ਵੱਲੋਂ ਬੇਰਹਿਮੀ ਨਾਲ ਕੀਤਾ ਕਤਲ। ਉਸ ਔਰਤ ਦੀਆਂ ਅੱਖਾਂ ਵਿੱਚ ਬੱਚੀ ਦਾ ਕਤਲ ਕਰਨ ਦਾ ਕੋਈ ਵੀ ਰੋਸ ਨਹੀਂ ਸੀ। ਨੀਲਮ ਨਾਂ ਦੀ ਗਵਾਂਢਣ ਨੂੰ ਇਹ ਹਰਕਤ ਕਰਨ ਦੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਇਹ ਦੁਬਾਰਾ ਹਰਕਤ ਨਾ ਕਰ ਸਕੇ। ਪੁਲਿਸ ਵੱਲੋਂ ਪੁੱਛੇ ਜਾਣ 'ਤੇ ਬਸ ਉਸਨੇ ਇੰਨਾ ਹੀ ਦੱਸਿਆ ਕਿ ਉਹ ਸ਼ਿਮਲਾਪੁਰੀ ਦੀ ਰਹਿਣ ਵਾਲੀ ਸੀ, ਪਰ ਉਸ ਨੂੰ ਆਪਣੀ ਗਲਤੀ ਦਾ ਕੋਈ ਵੀ ਅਹਿਸਾਸ ਨਹੀਂ ਸੀ। ਦਿਲਰੋਜ਼ ਦੇ ਦਾਦਾ ਜੀ ਵੱਲੋਂ ਦੱਸਿਆ ਗਿਆ ਕਿ ਉਹ ਔਰਤ ਗਲਤ ਕੰਮ ਕਰਦੀ ਸੀ। ਕੁਝ ਸਮਾਂ ਪਹਿਲਾਂ ਹੀ ਨੀਲਮ ਨੂੰ ਰੋਕਿਆ ਗਿਆ ਸੀ, ਜਿਸ ਕਾਰਨ ਉਸਨੇ ਪਰਿਵਾਰ ਦੀ ਦੁਸ਼ਮਣੀ ਦਿਲਰੋਜ਼ 'ਤੇ ਕੱਢੀ, ਉਸ ਨੂੰ ਕਿਡਨੈਪ ਕੀਤਾ ਅਤੇ ਫਿਰ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।